ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਮਨ ਸਵਾਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਤੁਹਾਡੇ ਅੱਜ ਦੇ ਲਈ ਬਹੁਤ ਹੀ ਵਧੀਆ ਨੋਟੀਫਿਕੇਸ਼ਨ ਲੈ ਕੇ ਆਇਆ ਜੀ ਜੋ ਰਿਕਰੂਟਮੈਂਟ ਰਿਲੇਟਡ ਅਪਡੇਟ ਆਇਆ ਹੋਇਆ ਹੈ ਜੋ ਕਿ 1150 ਵੈਕੈਂਸੀਸ ਸੀਰੀਆਂ ਨੇ ਆਊਟ ਕਰ ਦਿੱਤੀਆਂ ਗਈਆਂ ਨੇ ਅਫੀਸ਼ੀਅਲ ਨੋਟੀਫਿਕੇਸ਼ਨ ਆਊਟ ਹੋ ਚੁੱਕਾ ਹੈ ਜੀ ਜਿਸ ਦੇ ਰਿਲੇਟਡ ਅਲੱਗ-ਅਲੱਗ ਵੈਕੈਂਸੀਸ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ ਅਲੱਗ-ਅਲੱਗ ਸਬਜੈਕਟ ਵਾਲੇ ਕੈਂਡੀਡੇਟਸ ਦੇ ਲਈ ਸੋ ਮੈਂ ਤੁਹਾਨੂੰ ਅੱਜ ਦੇ ਵਿੱਚ ਕੰਪਲੀਟ ਪ੍ਰੋਸੈਸ ਦੱਸਾਂਗਾ ਕਿਦਾਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਐਲੀਜੀਬਿਲਿਟੀ ਕੀ ਰਹੇਗੀ ਕੰਪਲੀਟ ਇਨਫੋਰਮੇਸ਼ਨ ਤੁਹਾਨੂੰ ਦਵਾਂਗਾ ਔਰ ਅਫੀਸ਼ ਜੇ ਤੁਸੀਂ ਫਰਸਟ ਰੈਂਗ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਔਰ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਦੇਣਾ ਜਿਸ ਦੇ ਨਾਲ ਹਰ ਇੱਕ ਰਿਕਰੂਟਮੈਂਟ ਰਿਲੇਟਡ ਅਪਡੇਟਸ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦੇ ਰਹਣਗੇ ਤੇ ਤੁਸੀਂ ਸਮਾਂ ਰਹਿੰਦੇ ਇਸ ਲਈ ਅਪਲਾਈ ਕਰ ਪਾਉਗੇ ਵੈਕੈਂਸੀਜ਼ ਬਹੁਤ ਸਾਰੀਆਂ ਹੁੰਦੀਆਂ ਨੇ ਜਿਹਨਾਂ ਦੇ ਅਪਡੇਟ ਤੁਹਾਨੂੰ ਨਹੀਂ ਮਿਲ ਪਾਉਂਦੇ ਲੇਕਿਨ ਮੈਂ ਤੁਹਾਨੂੰ ਅਖਾਰੀ ਕਿ ਅਪਡੇਟ ਆਪਣੀ ਈਮੇਲ ਆਈਡੀ ਦੇ ਉੱਪਰ ਮਿਲ ਆਪ ਤੁਹਾਡੇ ਈਮੇਲ ਆਈਡੀ ਦੇ ਉੱਪਰ ਮਿਲ ਜਾਣਗੇ ਜਦੋਂ ਤੁਸੀਂ ਸਾਡੀ ਵੈਬਸਾਈਟ ਨੂੰ ਸਬਸਕ੍ਰਾਈਬ ਕਰ ਕਰ ਲੈਂਦੇ ਹੋ ਉਹਦੇ ਲਈ ਤੁਸੀਂ ਸਿੰਪਲੀ ਕੀ ਕਰਨਾ ਹੈ ਜੀ ਜਾਣਾ ਤੁਸੀਂ ਉੱਤੋਂ ਤੁਸੀਂ ਸਾਰੇ ਹੀ ਅਪਡੇਟ ਜਿਹੜੇ ਨੇ ਉਹ ਲੈ ਸਕਦੇ ਹੋ ਚਾਹੇ ਕਿਸੇ ਵੀ ਰਿਕਰੂਟਮੈਂਟ ਦੇ ਰਿਲੇਟਡ ਹੋਵੇ ਅਸੀਂ ਹਰ ਇੱਕ ਛੋਟੇ ਤੋਂ ਛੋਟਾ ਚਾਹੇ ਸ਼ਾਰਟ ਨੋਟੀਫਿਕੇਸ਼ਨ ਹੋਵੇ ਚਾਹੇ ਕੰਪਲੀਟ ਇਨਫੋਰਮੇਸ਼ਨ ਜਿਹੜੀ ਹੈ ਜੀ ਉਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਹੁੰਦੀ ਹੈ ਉਹ ਸਾਰੀ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਨੇ ਆ ਸੋ ਤੁਸੀਂ ਚੈੱਕ ਕਰਕੇ ਜਿਹੜਾ ਹੈ ਜੀ ਅਪਲਾਈ ਕਰ ਸਕਦੇ ਹੋ ਮੈਂ ਤੁਹਾਡੇ ਲਈ ਹਰ ਤਰ੍ਹਾਂ ਦੇ ਅਪਡੇਟ ਲੈ ਕੇ ਆਂਦਾ ਹੀ ਰਹਿਣਾ ਤੁਸੀਂ ਕਿਸੇ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟੱਡੀ ਮਟੀਰੀਅਲ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਤੁਸੀਂ ਡਾ ਉੱਥੇ ਜਾ ਕੇ ਅਸੀਂ ਗੱਲ ਕਰਦੇ ਹਾਂ ਕੰਪਲੀਟ ਇਨਫੋਰਮੇਸ਼ਨ ਦੇ ਬਾਰੇ ਵਿੱਚ ਤੇ ਪੂਰਾ ਪ੍ਰੋਸੈਸ ਤੁਹਾਨੂੰ ਐਕਸਪਲੇਨ ਕਰ ਦਿਆਂ ਜੀ ਮੈਂ ਇਹ ਵੈਕੈਂਸੀ ਇਸ ਤੁਸੀਂ ਨੋਟੀਫਿਕੇਸ਼ਨ ਦੇਖ ਪਾ ਰਹੇ ਹੋ ਘਰ ਘਰ ਰੋਜ਼ਗਾਰ ਦੇ ਅੰਡਰ ਡਾਇਰੈਕਟੋਰੇਟ ਡਾਇਰੈਕਟਰ ਸਿੱਖਿਆ ਵਿਭਾਗ ਕਾਲਜਾਂ ਤੇ ਪੰਜਾਬ ਐਸ ਐਸ ਨਗਰ ਵੱਲੋਂ ਜਿਹੜੇ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਸੋ ਇਸ ਦੇ ਵਿੱਚ ਜਿਹੜੀ ਵੈਕੈਂਸੀਜ਼ ਨੇ ਤੁਸੀਂ ਦੇਖ ਪਾ ਰਹੇ ਹੋ ਆਊਟ ਕੀਤੀਆਂ ਗਈਆਂ ਨੇ ਟੋਟਲ ਵੈਕੈਂਸੀਜ਼ ਜਿਹੜੀਆਂ ਨੇ 1148 ਪੋਸਟਾਂ ਜਿਹੜੀਆਂ ਨੇ ਟੋਟਲ ਆਊਟ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਅਲੱਗ ਅਲੱਗ ਸਬਜੈਕਟ ਦੇ ਲਈ ਅਲੱਗ ਅਲੱਗ ਅਸਿਸਟੈਂਟ ਪ੍ਰੋਫੈਸਰ ਦੀਆਂ ਵੈਕੈਂਸੀਜ਼ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ ਸਬਜੈਕਟ ਦੀ ਅਗਰ ਅਸੀਂ ਗੱਲ ਕਰਦੇ ਹਾਂ ਇਸ ਦੇ ਵਿੱਚ ਸਬਜੈਕਟ कॉमर्स कंप्यूटर साइंस, इकोनॉमिक्स, हिस्ट्री हिस्ट्री ऑफ आर्ट्स होम साइंस, हॉर्टिकल्चर मैथमेटिक्स, फिजिकल एजुकेशन फिजिक्स सोशोलॉजी जोलॉजी उस तो बाद ठीक है जी उस बात डिफेंस स्टडीज एजुकेशन इनवायमेंटल साइंस, इंग्लिश, फाइन आर्ट्स ज्योग्राफी हिंदी म्यूजिकल म्यूजिक इंस्ट्रूमेंट्स म्यूजिक वोकल फिल फिलोसफी उसकल सैंस उस ਪਬਲਿਕ ਐਡਮਿਨਿਸਟ੍ਰੇਸ਼ਨ ਪੰਜਾਬੀ ਉਰਦੂ ਅਤੇ ਲਾਇਬ੍ਰੇਰੀਅਨ ਦੀਆਂ ਪੋਸਟਾਂ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਇਹ ਤੁਸੀਂ ਜਿੰਨੇ ਵੀ ਪੋਸਟਾਂ ਦੇਖ ਪਾ ਰਹੇ ਹਾਂ ਇਹ ਸਾਰੀਆਂ ਅਸਿਸਟੈਂਟ ਪ੍ਰੋਫੈਸਰ ਦੀਆਂ ਪਲੱਸ ਲਾਇਬ੍ਰੇਰੀ ਦੀਆਂ ਪੋਸਟਾਂ ਜਿਹੜੀਆਂ ਲਾਇਬ੍ਰੇਰੀ ਦੀਆਂ ਪੋਸਟਾਂ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ ਔਰ ਅਲੱਗ-ਅਲੱਗ ਨੋਟੀਫਿਕੇਸ਼ਨ ਨੇ ਸਾਰਿਆਂ ਦੇ ਇੱਕ ਨੋਟੀਫਿਕੇਸ਼ਨ ਨਹੀਂ ਹੈ ਇਹਨਾਂ ਨੇ ਕਨਸੋਲੀਡੇਟਡ ਕਰਕੇ ਤੁਹਾਨੂੰ ਦਿਖਾ ਦਿੱਤਾ ਹੈ ਲੇਕਿਨ ਇਹਦੇ ਲਈ ਅਲੱਗ-ਅਲੱਗ ਨੋਟੀਫਿਕੇਸ਼ਨ ਆਊਟ ਕੀਤੇ ਗਏ ਨੇ ਉਹ ਤੁਸੀਂ ਆ ਦੇਖ ਪਾ ਰਹੇ ਹੋ ਐਡਵਰਟਾਈਜ਼ਮੈਂਟ ਨੰਬਰ ਤੋਂ ਤੁਹਾਨੂੰ ਪਤਾ ਹੀ ਲੱਗ ਜਾਏਗਾ ਜਿੱਦਾਂ 1/2021 ਅਲੱਗ-ਅਲੱਗ ਦੇ ਵਿੱਚ ਉਹਨਾਂ ਨੇ ਜਿਹੜੀ ਇਹ ਦਿੱਤੇ ਹੋਏ ਆ ਸੋ ਤੁਸੀਂ ਇਹ ਜਿਹੜੇ ਨੋਟੀਫਿਕੇਸ਼ਨ ਅਗਰ ਜਿਹੜੀ ਬਾਕੀ ਕੁਆਲਿਫੀਕੇਸ਼ਨ ਹੈ ਉਹ ਵੀ ਮੈਂਸ਼ਨ ਕੀਤੀ ਹੋਈ ਮੈਂ ਤੁਹਾਨੂੰ ਦੱਸ ਦਿੰਦਾ ਹੈ ਇਹਦੇ ਲਈ ਅਪਲਾਈ ਕਰਨਾ ਜਿਹੜੇ ਜੀ ਲਾਸਟ ਡੇਟ 8 11 2021 ਤੱਕ ਤੁਸੀਂ ਇਹਦੇ ਲਈ ਆਰਾਮ ਨਾਲ ਅਪਲਾਈ ਕਰ ਸਕਦੇ ਹੋ ਇਹ ਵੈਕੈਂਸੀ ਜਿਹੜੀਆਂ ਨੇ ਅਲੱਗ-ਅਲੱਗ ਆਊਟ ਕੀਤੀਆਂ ਗਈਆਂ ਨੇ ਇਹਦੇ ਲਈ ਹੁਣ ਅਸੀਂ ਚੱਲਦੇ ਹਾਂ ਆਫੀਸ਼ੀਅਲ ਨੋਟੀਫਿਕੇਸ਼ਨ ਤੇ ਉੱਥੇ ਮੈਂ ਤੁਹਾਨੂੰ ਦਿਖਾਣਾ ਹੈ ਜਿਹੜਾ ਕਿ ਅਲੱਗ-ਅਲੱਗ ਨੋਟੀਫਿਕੇਸ਼ਨ ਆਊਟ ਕੀਤੇ ਗਏ ਨੇ ਇਸੀ ਆ ਚੁੱਕੇ ਹੈ ਜੀ ਨੋਟੀਫਿਕੇਸ਼ਨ ਮੈਂ ਇੱਕ ਨੋਟੀਫਿਕੇਸ਼ਨ ਓਪਨ ਕੀਤਾ ਹੈ ਜਿਹੜਾ ਕਿ 3/2021 ਹੈ ਇਸ ਦੇ ਵਿੱਚ ਟੋਟਲ ਵੈਕੈਂਸੀ ਜਿਹੜੀਆਂ ਨੇ ਉਹਨਾਂ ਨੇ ਸਾਰੀਆਂ ਅਲੱਗ-ਅਲੱਗ ਦੱਸਿਆ ਨੇ 39 ਪੋਸਟ ਜਿਹੜੀ ਕਿ ਅਸਿਸਟੈਂਟ ਪ੍ਰੋਫੈਸਰ ਦੀਆਂ ਨੇ ਜੋ ਕਿ ਬੋਟਨੀ ਸਬਜੈਕਟ ਦੇ ਲਈ ਨੇ ਹੁਣ ਇਹਦੇ ਵਿੱਚ ਸਾਰਿਆਂ ਦੀ ਜਿਹੜੀ ਕੁਆਲੀਫਿਕੇਸ਼ਨ ਉਹ ਸੇਮ ਮੰਗੀ ਗਈ ਹੈ ਕਿੱਥੋਂ ਅਪਲਾਈ ਕਰਨਾ ਹੈ ਤੁਸੀਂ ਇਹਨਾਂ ਦੀ ਵੈਬਸਾਈਟ ਜਿਹੜੀ ਹੈ ਜੀ educationrecruitmentboard.com ਤੇ ਜਾ ਕੇ ਰਜਿਸਟਰਡ ਕਰਕੇ ਆਨਲਾਈਨ ਹੀ ਅਪਲਾਈ ਕਰਨਾ ਹੋਵੇਗਾ ਤੇ ਆਨਲਾਈਨ ਹੀ ਅਪਲੀਕੇਸ਼ਨ ਫੀ ਜਿਹੜੀ ਹੈ ਜੀ ਉਹ ਤੁਸੀਂ ਪੇ ਕਰਨੀ ਹੈ ਅਪਲੀਕੇਸ਼ਨ ਫੀ ਮੈਂ ਤੁਹਾਨੂੰ ਅੱ ਉਹਨਾਂ ਨੇ ਮੇਨ ਜਿਹੜੀ ਮੰਗੀ ਹੋਈ ਹੈ ਜੀ ਅਗਰ ਤੁਸੀਂ ਪੀ ਐਚ ਡੀ ਕੀਤੀ ਹੋਈ ਹੈ ਰੈਲੇਵੈਂਟ ਡਿਸਪੀਪਲਨ ਦੇ ਵਿੱਚ ਉਹ ਤੁਸੀਂ ਅਗਰ نیچے ਆ ਜਾਓਗੇ ਤੁਹਾਨੂੰ essentiial qualification ਚ ਪਤਾ ਲੱਗ ਜਾਏਗਾ ਇਹ ਦੇਖੋ ਜਿਹੜਾ ਪੀ ਐਚ ਡੀ ਡਿਗਰੀ ਕੈਂਡੀਡੇਟ ਨੇ ਕੀਤੀ ਹੋਈ ਠੀਕ ਹੈ ਰੈਗੂਲਰ ਮੋਡ ਦੇ ਵਿੱਚ ਔਰ ਇਸ ਦੀ ਏਵੈਲੂਏਸ਼ਨ ਜਿਹੜੀ ਹੈ ਥੀਸਿਸ ਦੀ ਐਟ ਲੀਸਟ 2 ਐਟ ਅਸਟਰਨਲ ਐਗਜ਼ਾਮੀਨਰਸ ਤੋਂ ਕੋਲ ਹੋਈ ਹੋਈ ਹੈ ਤਾਂ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਔਰ ਅਗਰ ਉਹਨਾਂ ਦਾ ਪੀ ਐਚ ਡੀ ਵਾਈਵਾ ਉਹਨਾਂ ਨੇ ਕੰਡਕਟ ਕੀਤਾ ਹੋਇਆ ਹੈ ਤਾਂ ਉਹ ਵੀ ਜਿਹੜਾ ਹੈ ਜੀ ਉਹ ਅਪਲਾਈ ਕਰ ਸਕਦੇ ਨੇ ਕੈਂਡੀਡੇਟ ਜਿਹੜੇ ਨੇ ਉਹਨਾਂ ਕੋਲ ਰਿਕੁਆਇਰਮੈਂਟ ਇਹਨਾਂ ਨੇ ਮੇਨ ਜਿਹੜੀ ਹੈ ਜੀ ਪੀ ਐਚ ਡੀ ਮੰਗੀ ਗਈ ਹੈ ਤੇ ਇਸ ਦੇ ਵਿੱਚ ਤੁਹਾਡੀ ਮੋਡ ਆਫ ਸਿਲੈਕਸ਼ਨ ਜਿਹੜੀ ਉਹਨਾਂ ਨੇ ਮੰਗੀ ਹੈ ਦੱਸੀ ਹੈ ਤੁਹਾਨੂੰ ਕਿ ਇਹਦੇ ਵਿੱਚ ਤੁਹਾਨੂੰ ਜਿਹੜਾ ਉਸ ਤੋਂ ਬਾਅਦ ਮੈਰਿਟ ਲਿਸਟ ਵਾਲੇ ਕੈਂਡੀਡੇਟ ਨੂੰ ਕਾਉਂਸਲਿੰਗ ਲਈ ਬੁਲਾਇਆ ਜਾਏਗਾ ਜੋ ਕਿ ਤੁਹਾਡੇ ਡਾਕੂਮੈਂਟ ਵੈਰੀਫਿਕੇਸ਼ਨ ਹੈ ਜਾਂ ਡਿਪਾਰਟਮੈਂਟ ਜਿਹੜਾ ਜੀ ਇਸ਼ੂ ਕਰੇਗੇ ਤੁਹਾਨੂੰ ਠੀਕ ਹੈ ਜੀ ਅਪਾਇੰਟਮੈਂਟ ਲੈਟਰ ਜਿਹੜੇ ਨੇ ਔਨ ਦਾ ਸਪਾਟ ਉੱਥੇ ਹੀ ਕਰ ਦੇਣਗੇ ਸੋ ਇਹਦੇ ਲਈ ਤੁਸੀਂ ਖੁਦ ਜਿਹੜਾ ਹੈ ਜੀ ਪਹਿਲਾਂ ਰਿਟਨ ਟੈਸਟ ਜਿਹਨੇ ਫਿਰ ਤੁਹਾਨੂੰ ਉਸ ਤੋਂ ਬਾਅਦ ਤੁਹਾਡੀ ਸਿਲੈਕਸ਼ਨ ਇਸ ਦੇ ਵਿੱਚ ਜਿਹੜੀ ਹੈ ਜੀ ਉਹ ਹੋਏਗੀ ਅਗਰ ਸੈਲਰੀ ਸਰਕਲ ਦੀ ਸਕੇਲ ਦੀ ਗੱਲ ਕਰੀਏ ਤਾਂ 55100 ਤੁਹਾਡੀ ਸੈਲਰੀ ਜਿਹੜੀ ਹੈ ਜਿਸ ਦੇ ਵਿੱਚ ਰਹਿਣ ਵਾਲੀ ਹੈ ਜੋ ਕਿ ਤੁਹਾਨੂੰ ਕਨਸੋਲੀਡੇਟਡ ਸੈਲਰੀ ਮਿਲੇਗੀ ਇਸ ਦੇ ਵਿੱਚ 18 ਤੋਂ 37 ਸਾਲ ਤੱਕ ਦੇ ਕੈਂਡੀਡੇਟ ਨੇ ਓਲਿਜੀਬਲ ਨੇ ਅਪਲਾਈ ਕਰ ਸਕਦੇ ਨੇ ਏਜ ਰਿਲੈਕਸੇਸ਼ਨ 5 ਸਾਲ ਦਿੱਤੀ ਜਾਏਗੀ ਜਿਹੜੀ ਕਿ ਕੈਂਡੀਡੇਟ ਸ਼ਡਿਊਲ ਕਾਸ ਜਾਂ ਬੈਕਵਰਡ ਕਾਸ ਵਾਲੇ ਨੇ ਤੇ ਜਿਹੜੇ EMPLOYEES ਨੇ government employees ਨੂੰ 45 ਸਾਲ ਤੱਕ ਦੀ ਏਜ ਰੈਲੈਕਸੇਸ਼ਨ ਹੈਗੀ ਹੈ ਜੀ ਤੇ ਜਿਹੜੇ divorced women ਨੇ ਉਹਨਾਂ ਨੂੰ ਜਿਹੜੀਆਂ ਨੇ Punjab state ਨੂੰ belong ਕਰਦੇ ਉਹਨਾਂ ਨੂੰ 42 ਸਾਲ ਤੱਕ ਔਰ 10 ਸਾਲ ਦੀ ਅਪਰ ਏਜ ਲਿਮਟ ਜਿਹੜੀ ਉਹ ਕੈਂਡੀਡੇਟ ਨੂੰ ਮਿਤੀ ਹੈਗੀ ਜਿਹੜੇ ਕਿ PWD category ਨੂੰ belong ਕਰਦੇ ਹੋਣਗੇ ਉਸ ਤੋਂ ਬਾਅਦ ਨੈਕਸਟ ਅਗਰ ਗੱਲ ਕਰੀਏ ex military persons ਜਿਹੜੇ ਨੇ ਉਹਨਾਂ ਨੂੰ ਇਸ ਦੇ ਵਿੱਚ ਜਿਹੜੀ ਹੈ ਜੀ ਦਿੱਤੀ ਏਜ ਰੈਲੈਕਸੇਸ਼ਨ ਦਿੱਤੀ ਜਾ ਰਹੀ ਹੈ ਔਰ ਉਸ ਤੋਂ ਬਾਅਦ ਨੈਕਸਟ ਗੱਲ ਕਰਦੇ ਹਾਂ ਅਸੀਂ ਇਹ ਚ ਤੁਹਾਡੀ ਫੀ ਕਿੰਨੀ ਰਹਿਣ ਵਾਲੀ ਹੈ ਇਸ ਦੇ ਵਿੱਚ ਜਿਹੜੇ ਕੈਂਡੀਡੇਟਸ ਸ਼ੈਡਿਊਲ ਕਾਸਟ ਠੀਕ ਹੈ ਸ਼ੈਡਿਊਲ ਟ੍ਰਾਈਬ ਜਾਂ ਬੈਕਵਰਡ ਕਲਾਸ ਕੈਂਡੀਡੇਟ ਨੇ ਉਹਨਾਂ ਨੂੰ 750 ਰੁਪਏ ਪੇ ਕਰਨੇ ਨੇ ਐਕਸ ਸਰਵਿਸਮੈਨ ਪੰਜਾਬ ਦੇ ਜਿਹੜੇ ਨੇ 500 ਰੁਪਏ ਇਕਨੋਮਿਕਲੀ ਵੀਕਰ ਸੈਕਸ਼ਨ ਕੈਂਡੀਡੇਟਸ ਨੂੰ ਜਿਹੜੇ ਨੇ 500 ਰੁਪਏ ਤੇ ਬਾਕੀ ਸਾਰੀ ਅਦਰ ਕੈਟਾਗਰੀ ਜਿਦਾ ਕੀ ਜਨਰਲ ਸਪੋਰਟ ਪਰਸਨ ਨੇ ਪੰਜਾਬ ਦੀ ਠੀਕ ਹੈ ਜੀ ਫਰੀडम फाइਟਰ ਉਹਨਾਂ ਨੂੰ 1500 ਰੁਪਏ ਜਿਹੜੀ ਹੈ ਜੀ ਪੇ ਕਰਨੀ ਪੈਗੀ ਐਪਲੀਕੇਸ਼ਨ ਫੀ ਇਹ ਵੀ ਤੁਸੀਂ ਆਨਲਾਈਨ ਪੇ ਕਰਨੀ ਆਂ ਔਰ ਉਹਦਾ ਪ੍ਰਿੰਟ ਆਊਟ ਜ਼ਰੂਰ ਲੈਣਾ ਹੈ ਔਰ ਜਦੋਂ ਤੁਹਾਨੂੰ ਕਾਉਂਸਲਿੰਗ ਦੇ ਟਾਈ ਤੁਸੀਂ ਐਪਲੀਕੇਸ਼ਨ ਫੀ ਜਿਹੜੀ ਹੈ ਜੋ ਫਿਲ ਕੀਤੀ ਹੈ ਕਿ ਨਹੀਂ ਕੀਤੀ ਹੈ ਸੋ ਤੁਸੀਂ ਪ੍ਰਿੰਟਰ ਜ਼ਰੂਰ ਲੈ ਲੈਣਾ ਹੈ ਆਨਲਾਈਨ ਦੇ ਲਈ ਅਪਲਾਈ ਕਰਨਾ ਹੈ ਜੀ ਇਹਦੇ ਲਈ ਮੇਨ ਜਿਹੜੇ ਪੀ ਐਚ ਡੀ ਦੇ ਕੈਂਡੀਡੇਟਸ ਨੇ originally ਪੀ ਐਚ ਡੀ ਕੀਤੀ ਹੋਈ ਹੈ ਠੀਕ ਹੈ ਜੀ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ ਔਰ ਇਸ ਦੇ ਵਿੱਚ ਮੇਨ ਕਹ ਜਿਹੜੀ ਚੀਜ਼ ਹੈ ਕਿ ਇਹ ਅਸਿਸਟੈਂਟ ਪ੍ਰੋਫੈਸਰ ਦੀਆਂ ਵੈਕੈਂਸੀਸ ਨੇ ਅਲੱਗ-ਅਲੱਗ ਸਬਜੈਕਟ ਦੇ ਲਈ ਸੋ ਜਿੰਨੇ ਵੀ ਸਬਜੈਕਟ ਨੇ ਸਾਰਿਆਂ ਦੀ ਅਲੱਗ-ਅਲੱਗ ਵੈਕੈਂਸੀਸ ਆਊਟ ਹੋਈਆਂ ਨੇ ਤੁਸੀਂ ਇੱਕ ਵਾਰੀ ਜ਼ਰੂਰ ਜਾ ਕੇ ਚੈੱਕ ਕਰ ਲੈਣਾ ਜੀ ਵੈਕੈਂਸੀਸ ਕਾਫੀ ਜ਼ਿਆਦਾ ਨੇ ਅਗਰ ਫਿਰ ਵੀ ਤੁਹਾਨੂੰ ਕੋਈ ਦਿੱਕਤ ਆਵੇ ਅਪਲਾਈ ਕਰਨ ਚ ਜਾਂ ਤਾਂ ਲਿੰਕ ਤੁਹਾਨੂੰ ਨਾ ਮਿਲੇ ਤਾਂ ਮੈਂ ਤੁਹਾਡੀ ਹੈਲਪ ਜ਼ਰੂਰ ਕਰਾਂਗਾ ਬਾਕੀ ਸਾਰੇ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤੇ ਨੇ ਜ਼ਰੂਰ ਜਾ ਕੇ ਇੱਕ ਵਾਰੀ ਚੈੱਕ ਕਰ ਲੈਣਾ ਕੋਈ ਦਿੱਕਤ ਆਏ ਤਾਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ ਜੀ ਸੋ ਇਹ ਸੀਗਾ ਜੀ ਅੱ